ਸਰਕਾਰੀ ਮੁਲਾਜ਼ਮ ਸੋਸ਼ਲ ਮੀਡੀਆ ਤੇ ਅਗਰ ਸਰਕਾਰ ਬਾਰੇ ਕੋਈ ਟਿੱਪਣੀ ਕਰਨਾ ਚਾਹੁੰਦੇ ਨੇ ਤਾਂ ਉਹ ਇਹ ਕੰਮ ਸੋਚ ਸਮਝ ਕੇ ਕਰਨ, ਨਹੀਂ ਤਾਂ ਮੁਸ਼ਕਿਲ ਖੜੀ ਹੋ ਸਕਦੀ ਹੈ। ਗੁਰਦਾਸਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਟੀਚਰ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਗੁਰਦਾਸਪੁਰ ਦੇ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਦੇ ਇੱਕ ਹੈੱਡ ਟੀਚਰ ਨੂੰ ਸਿੱਖਿਆ ਵਿਭਾਗ ਨੇ ਇਸ ਲਈ ਸਸਪੈਂਡ ਕਰ ਦਿੱਤਾ ਕਿਉਂਕਿ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਤੇ ਕਮੈਂਟ ਕਰ ਦਿੱਤਾ ਸੀ। ਦੱਸ ਦਈਏ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕੱਠਿਆਂ ਲੰਗਰ ਛਕਿਆ ਸੀ, ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਟੇਬਲ ਉੱਪਰ ਲੰਗਰ ਪ੍ਰਸ਼ਾਦਾ ਰੱਖ ਕੇ ਛਕ ਰਹੇ ਨੇ। ਇਹ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਈ ਤੇ ਲੋਕਾਂ ਨੇ ਇਸ ਉੱਪਰ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ, ਪਰ ਗੁਰਦਾਸਪੁਰ ਦੇ ਇੱਕ ਹੈੱਡ ਟੀਚਰ ਨੂੰ ਇਸ ਪੋਸਟ ਤੇ ਕਮੈਂਟ ਕਰਨਾ ਮਹਿੰਗਾ ਪੈ ਗਿਆ। ਇਸ ਪੋਸਟ ਤੇ ਮੁੱਖ ਮੰਤਰੀ ਨੂੰ ਕਮੈਂਟ ਕਰਨ ਤੇ ਸਿੱਖਿਆ ਵਿਭਾਗ ਨੇ ਹੈੱਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਤੇ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਬਾਲਾ ਨੇ ਦੱਸਿਆ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇ ਚੱਕ ਵਿੱਚ ਬਤੌਰ ਹੈੱਡ ਟੀਚਰ ਕੰਮ ਕਰਦੇ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੰਗਰ ਖਾਣ ਵਾਲੀ ਫੋਟੋ ਨੂੰ ਆਫੀਸ਼ੀਅਲ ਗਰੁੱਪ ਵਿੱਚ ਸੈਂਡ ਕਰਕੇ ਗਲਤ ਟਿੱਪਣੀ ਕੀਤੀ ਸੀ। ਇਸ ਗਰੁੱਪ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪਲ ਉਜਵਲ ਵੀ ਸ਼ਾਮਲ ਸਨ, ਜਿਨ੍ਹਾਂ ਨੇ ਇਸਦਾ ਨੋਟਿਸ ਲੈਂਦਿਆਂ ਟੀਚਰ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਪ੍ਰਾਇਮਰੀ ਸਕੂਲ ਦਾ ਟੀਚਰ ਸੀਗਾ, ਆਲੇ 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 ਸਕੂਲ ਲੱਗੇ ਦਾ ਸੀ, ਆਲੇ ਪ੍ਰਾਇਮਰੀ ਸਕੂਲ 'ਚ ਆਲੇ ਚੱਕ ਲੱਗੇ ਦਾ ਪ੍ਰਾਇਮਰੀ ਸਕੂਲ ਦੇ ਵਿੱਚ, ਅਤੇ ਉਹਨੇ ਆਪਣੀ ਗਲਤੀ ਮੰਨ ਲਈ ਕਿ ਮੈਂ ਮੇਰੇ ਕੋਲੋਂ ਗਲਤੀ ਨਾਲ ਜਿਹੜਾ ਪੈ ਗਿਆ। ਉਹ ਮੈਸੇਜ ਸੀਗਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਸਾਰੇ ਖਾਣਾ ਖਾ ਰਹੇ ਸੀਗੇ, ਲੰਗਰ ਛੱਕ ਰਹੇ ਸੀਗੇ, ਅਤੇ ਜਿਹੜੇ ਕੈਪਟਨ ਸਾਹਿਬ ਮਤਲਬ ਥੋੜ੍ਹੀ ਜਿਹੀ ਉੱਚਾ ਜਿਹਾ ਥੋੜ੍ਹਾ ਜਿਹਾ ਮੂੜਾ ਜਿਹਾ ਬਣਾ ਕੇ ਉੱਥੇ ਖਾਣਾ ਖਾ ਰਹੇ ਸੀਗੇ, ਅਤੇ ਉੱਥੇ ਉਹਨਾਂ ਨੇ ਲੱਖ ਦੀ ਲਾਨਤ ਪਾਇਆ ਸੀ। ਆਪਾਂ ਥੋੜ੍ਹਾ ਪਤਾ ਕੀਤਾ, ਉਹ ਫਿਰ ਆਪ ਅਸੀਂ ਜਦੋਂ ਬੁਲਾਇਆ ਉਹਨੂੰ, ਅਸੀਂ ਜਦੋਂ ਅਸੀਂ ਇਨਕੁਆਇਰੀ ਕੀਤੀ ਤਾਂ ਉਹ ਸਾਨੂੰ ਲਿਖ ਕੇ ਦੇ ਗਿਆ ਕਿ ਮੇਰੇ ਕੋਲ ਗਲਤੀ ਨਾਲ ਜਿਹੜਾ ਆ ਇਹ ਮੈਸੇਜ ਜਿਹੜਾ ਆ ਇਹ ਅਵੰਤ ਗਰੁੱਪ ਵਿੱਚ ਪੈ ਗਿਆ ਆ। ਉਸ ਗਰੁੱਪ ਵਿੱਚ ਡੀ ਸੀ ਸਾਹਿਬ ਵੀ ਸੀਗੇ। ਡੀ ਸੀ ਸਾਹਿਬ ਨੇ ਫਿਰ ਮੈਨੂੰ ਇਨਕੁਆਇਰੀ ਕਰਨ ਵਾਸਤੇ ਕਿਹਾ, ਉਹਨਾਂ ਨੇ ਕਿਹਾ ਕਿ ਮੈਨੂੰ 24 ਘੰਟੇ ਦੇ ਅੰਦਰ ਅੰਦਰ ਇਨਕੁਆਇਰੀ ਕਰਕੇ ਦਿਓ। ਅਸੀਂ ਜਦੋਂ ਇਨਕੁਆਇਰੀ ਕੀਤੀ ਤਾਂ ਉਹ ਦੋਸ਼ੀ ਪਾਇਆ ਗਿਆ। ਆਪਾਂ ਇਨਫੋਰਮ ਕਰ ਦਿੱਤਾ ਡੀ ਸੀ ਸਾਹਿਬ ਨੂੰ, ਅਤੇ ਹਾਂ, ਅਤੇ ਡੀ ਸੀ ਸਾਹਿਬ ਨੇ ਅੱਗੇ ਫਿਰ ਸੈਕਟਰੀ ਸਾਹਿਬ ਨੂੰ ਫੋਨ ਕੀਤਾ, ਕਿਉਂਕਿ ਉਹਦੀ ਜਿਹੜੀ ਪਾਵਰ ਸੀ ਉਹ ਐਲੀਮੈਂਟਰੀ ਦਾ ਪ੍ਰਾਇਮਰੀ ਦਾ ਹੈੱਡ ਟੀਚਰ ਸੀਗਾ, ਉਹਦੀ ਸਸਪੈਂਸ਼ਨ ਕਰਨ ਦੀ ਪਾਵਰ ਤਾਂ ਮੇਰੇ ਕੋਲ ਨਹੀਂ ਸੀ ਹੈਗੀ, ਅਤੇ ਮੈਂ ਡੀ ਸੀ ਸਾਹਿਬ ਨੂੰ ਲਿਖ ਦਿੱਤਾ ਕਿ ਮੇਰੇ ਕੋਲ, ਮੈਨੂੰ ਕਹਿੰਦੇ ਕਿ ਇਹਨੂੰ ਸਜ਼ਾ ਦਿਓ। ਮੈਂ ਕਿਹਾ ਕਿ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ, ਅਤੇ ਇਸ ਕਰਕੇ ਤੁਸੀਂ ਜਿਹੜਾ ਸੈਕਟਰੀ ਸਾਹਿਬ ਨੂੰ ਮਤਲਬ ਕਹੋ ਤੁਸੀਂ ਜੋ ਵੀ ਆ ਵੀ ਮਤਲਬ ਮੇਰੇ ਕੋਲ ਇਹ ਡੀ ਪੀ ਆਈ ਐਲੀਮੈਂਟਰੀ, ਮੈਂ ਡੀ ਪੀ ਆਈ ਸੈਕੰਡਰੀ ਹਾਂ, ਅਤੇ ਇਹ ਕੰਮ ਜਿਹੜਾ ਆ ਇਹ ਡੀ ਪੀ ਆਈ ਐਲੀਮੈਂਟਰੀ ਦਾ, ਅਤੇ ਹੁਣ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਗੁਰਮੀਤ ਸਿੰਘ ਹੈੱਡ ਟੀਚਰ ਸੀਗਾ, ਵਟਸਐਪ 'ਤੇ ਪਾਈ ਸੀ, ਅਵੰਤ ਗਰੁੱਪ ਹੈ ਟੀਚਰਾਂ ਦਾ, ਜਿਹਦੇ 'ਚ ਡੀ ਸੀ ਸਾਹਿਬ ਵੀ ਸੀਗੇ। ਉਹਨਾਂ ਨੇ ਜਦੋਂ ਦੇਖ ਲਿਆ, ਉਹਨਾਂ ਨੇ ਇਮੀਜੀਏਟਲੀ ਮੈਨੂੰ ਫੋਨ ਕੀਤਾ। ਆਪਾਂ ਫਿਰ ਦਿਨੇ ਤੜਕੇ ਰਾਤ ਨੂੰ ਕੀਤਾ ਉਹਨਾਂ ਨੇ ਫੋਨ, ਦਿਨੇ ਤੜਕੇ ਆਪਾਂ ਬੁਲਾ ਕੇ ਅਤੇ ਛੁੱਟੀ ਵਾਲੇ ਦਿਨ ਅਸੀਂ ਜਿਹੜੀ ਆ ਰਿਪੋਰਟ ਜਿਹੜੀ ਭੇਜ ਦਿੱਤੀ ਸੀ। ਹਾਲਾਂਕਿ ਅਧਿਆਪਕ ਵੱਲੋਂ ਆਪਣੀ ਗਲਤੀ ਮੰਨ ਲਈ ਗਈ ਹੈ। ਇਸ ਸਬੰਧੀ ਜਦੋਂ ਅਧਿਆਪਕ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰਦਾਸਪੁਰ ਤੋਂ ਨਿਤਿਨ ਲੂਥਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨ ਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।